ਬਰਾਬਰ ਹੋ ਗਿਆ ਦੋਨੋਂ
ਬਾਬੇ ਆ ਕਾ ਗੱਲ ਕਰਿਆ ਤੂੰ ਕੀ ਜ਼ੋਰ ਨਹੀਂ ਲਾਉਂਦਾ ਕਿਸੇ ਹਾਂ ਮਾਮੂ ਵਾਲੇ ਕੇ ਕੀ ਕੋਈ ਪਹਿਲਾਂ ਬੈਠੇ ਕੋਣ ਚੜ ਗਿਆ ਕੋਣ ਥੱਲੇ ਗਿਆ ਕਟੜ ਪਾਣੀ ਬਾਹਰ ਰਹਿੰਦੇ ਬਣਾਓ ਗਿਆਰਾਂ ਨੰਬਰ ਵਾਲੀ ਸੀ ਤੇ ਬਾਲ ਮਾਰੇ ਨਹੀਂ ਸਾਰਾ ਚੁੰਝ ਦੀ ਮਰਜ਼ੀ ਵਾਲਾ ਗਿਆ ਸੀ ਚੁੰਝ ਦੀ ਮਰਜ਼ੀ ਬਸ ਉਹ ਪੈਸੇ ਕਹਿਣਾ ਮਤਲਬ ਹੁੰਦਾ ਬਾਲ ਕਹਿੰਦਾ ਉਹ ਕੀਤਾ ਯਾਰ ਬੁਰੇ ਲੱਭਣ ਨੀ ਜੇ ਮੇਰੇ ਕੋਲ ਚੈਨਲ ਨਹੀਂ ਗਈਆਂ ਤਾਂ ਤੂੰ ਵੀ ਆਸਾ ਲਗੇ ਲੈ ਬਾਲ 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 ਉਸ ਲੈ ਡਿੱਗ ਗਿਆ ਬਹੁਤ ਹੀ ਅੱਛੀ ਸਰਵਿਸ ਹੈ ਪੁਆਇੰਟ
ਪਾਂਜੀ ਦੇ ਪਹਿਲੇ 40 ਦੀ ਹੋਣੀ ਜਿਹੜੀ ਮਰਜ਼ੀ ਹੋਵੇ ਕੋ ਵਾਈਫਾਈ ਲੋਇਆ ਨਾ ਉਹਦੇ ਤੇ ਦੇਖ ਲੈ ਯੂਟਿਊਬ ਤੇ ਆਈਡੀ ਸ਼ੇਅਰ ਕਰ ਦੇਣਾ ਹੋਰ ਪਹਿਲਾ ਪੁਆਇੰਟ ਆ ਚੁੱਕਾ ਹੈ ਕਸੀਰ ਕਲੱਬ ਦੇ ਖਾਤੇ ਨੇ ਸਰਦੀ ਖਾਤੇ ਵਿੱਚ ਕਲੱਬ ਕੀ ਲੈ ਹੋਰ ਇੱਕ ਦੀ ਬਰਾਬਰੀ ਤੇ ਚੱਲਦਾ ਆ ਦੇ ਪੁਆਇੰਟ ਦੂਸਰੇ ਜੱਟ ਦਾ ਸਰਦੀ ਜੱਦੇ ਕਲੱਬ ਦੀ ਤਰਫ ਸੇ ਸਰਦੀ ਕਾਫੀ ਅੱਛੀ ਜੱਦੇ ਕਲੱਬ ਦੀ ਤਰਫ ਸੇ ਜਿੰਗੜਾ ਪੂਰਾ ਲਿੰਗ ਸਾਤ ਨੰਬਰ ਜਰਸੀ ਦੇ ਪਲੇਅਰ ਸਰਦੀ ਕਰਦੇ ਹੋਏ ਬੋਲੀਏ ਖਰਾਬ ਸਰਦੀ ਇੱਕ ਅੰਕ ਗਵਾ ਲਿਆ ਅਸੀਂ ਟੀਮ ਦਾ ਦੇ ਬਾਲ ਦੇ ਕੋਈ ਕਹਿੰਦਾ ਉਹ ਜਿੱਤੇ ਮਤਲਬ ਕੀ ਤਰਫ ਸਰਦੀ ਜਿੱਤੇ ਮਤਲਬ ਕੀ ਤਰਫ ਤੇ ਕਾਫੀ ਅੱਛੀ ਸਰਦੀ ਜੋ ਕਦੇ ਵੀ ਕੋਈ ਕਾ ਲਿਆ ਗਿਆ ਕੋਈ ਬੜਾ ਜਿੱਤੇ ਮਤਲਬ ਕੀ ਤਰਫ ਤੇ ਚਾਰ ਦੀ ਬਰਾਬਰੀ ਤੇ ਚੱਲਦਾ ਇਹ ਮੁਕਾਬਲਾ ਸਰਵਿਸ ਫਿਰ ਸੇ
और ये पॉइंट कश्मीर क्लब की तरह सर्विस कश्मीर क्लब की तरफ से आ चुकी है जिससे दविंदर जी के हाथ में सात नंबर जर्सी के लिए दविंदर जी सर्विस करते हुए और ये सर्विस करा एक पॉइंट दोबारा